ਲਓ ਜੀ ਸੱਜਣੋ ਮਿੱਤਰੋ ਵੇਲਿਓ, ਕਿੱਦਾਂ ਜੀ ਸਾਰੇ? ਠੀਕ ਠਾਕ ਹੋ? ਸ਼ਾਇਰ ਆ ਗਏ ਜੀ, ਸ਼ਾਇਰ ਦਾ ਟ੍ਰੇਲਰ ਆ ਗਿਆ, ਸਤਿੰਦਰ ਸਰਤਾਜ, ਨੀਰੂ ਬਾਜਵਾ। ਅੱਛਾ, ਨੀਰੂ ਬਾਜਵਾ ਤੇ ਸਤਿੰਦਰ ਦੀ ਜੋੜੀ, ਪਿੱਛੇ ਵੀ ਫਿਲਮ ਇੱਕ ਵਾ ਇਹ ਜੋੜੀ ਨਾ। ਹਾਂ, ਮੈਨੂੰ ਲੱਗਦਾ ਜੋੜੀ ਫੇਕਤੀ ਹੋ ਗਈ ਇਹਨਾਂ ਦੀ। ਇਹਨਾਂ ਦੀ ਜੋੜੀ ਹੈ, ਜੋੜੀ ਬੜੀ ਅੱਛੀ ਗਈ ਫਿਲਮ। ਫਿਲਮ ਇਹਨਾਂ ਦੀ ਬੜੀ ਪਿਆਰੀ ਗਈ ਹੈ, ਜਿਹਦੇ ਵਿੱਚ ਉਹ ਫੜਿਆ ਜਾਂਦਾ ਤੇ ਉਹ ਥੋੜੀ ਕਮਲੀ ਹੋ ਜਾਂਦੀ ਹੈ। ਨੀਰੂ ਬਾਜਵਾ, ਬਾਜਵਾ ਨਹੀਂ, ਬਾਜਵਾ 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 ਕਿਉਂ ਗਿਆ ਜੀ? ਬਾਜਵਾ ਨਹੀਂ, ਨੀਰੂ ਬਾਜਵਾ। ਬਾਜਵਾ ਨੇ ਫੜ ਕੇ ਕੁੱਟਣਾ ਹੈ ਇਹਨੂੰ। ਕਲੀ ਜੋਟਾ, ਮੇਰੇ ਕੋ ਪੁੱਛ ਲੈ। ਕਲੀ ਜੋਟਾ ਫਿਲਮ ਹੈ? ਕਲੀ ਜੋਟਾ, ਕਲੀ ਜੋਟਾ। ਜੋੜੀ ਕਿਉਂ ਗਿਆ ਰਿਹਾ? ਜੋੜੀ ਉਹਨਾਂ ਦੀ ਹਿੱਟ ਹੋਈ ਹੈ। ਜੋੜੀ ਹਿੱਟ ਹੋਈ ਹੈ, ਮੈਂ ਕਿਹਾ ਪੁੱਛ ਲਿਆ ਕਰ ਨਾ, ਵੇਖੀ ਹੋਈ ਹੈ, ਬੜਾ ਫੈਨ ਹਾਂ ਮੈਂ। ਅਗਰ ਜਿਵੇਂ ਤੂੰ ਸਾਰੀ ਲਿੰਗੀ ਹੈ, ਸਤਿੰਦਰ ਭਾਜੀ ਦਾ ਬੜਾ ਫੈਨ ਆ, ਬੜੇ ਪੋਲੇ ਸਿੰਗਰ ਨੇ। ਹਾਂ, ਇਹਨਾਂ ਦੀ ਜੋੜੀ ਮੇਰਾ ਫੈਨ ਹੈ, ਉਹ ਜੇ ਵੀ ਹੈ। ਯਕੀਨ ਕਰੋ, ਮੈਂ ਆਪਣੇ ਫੈਨਾਂ ਨੂੰ ਕਹਣਾ ਮੈਨੂੰ ਅਨਸਬ ਕਰ ਦੇ। ਅਨਸਬ, ਅਨਸਬ ਕਰ ਦੇ ਬਾਜੀ, ਇਥੋਂ ਦਾ ਲਾ ਲਓ ਜੀ ਅਨਸਬ ਦਾ। ਚਲੋ, ਬਾਕੀ ਆਪਾਂ ਵੇਖਨੇ ਆ ਜੀ ਟ੍ਰੇਲਰ ਜਿਹੜਾ ਆ ਤੇ ਕਿੱਦਾਂ ਦਾ ਹੈ। ਹਾਂ ਬੇਟਾ, ਤੈਨੂੰ ਸੰਗੀਤ ਵਿੱਚ ਕੁਝ ਆਉਂਦਾ ਹੈ? ਭੱਲੇ ਸਦਕੇ ਜਾਵਾਂ ਤੇਰੇ ਤੇ ਮੈਂ, ਆ ਸੁਣ ਕੇ ਮੱਛੀਆਂ ਬਾਹਰ ਆ ਜਾਣਗੀਆਂ ਟੋਪੇ ਚੋਂ। ਦੇਖੀ ਜਾ ਤੂੰ, ਕਿਆ ਰਾਗ ਬਈ, ਸੰਗੀਤ ਦੀ ਦੁਨੀਆ 'ਚ ਪਹਿਲੀ ਵਾਰੀ ਸੁਣਿਆ। ਪੜਾਤਾ ਹੀ ਨਾ ਫਿਰ, ਨਾ ਬੋਲਦਾ ਤਾਂ ਕੀ ਸੀ। ਜੇਕਰ ਕਰੀਏ ਇਸ਼ਕ ਇਬਾਦਤ, ਕਰੀਏ ਸੱਚੀਆਂ ਰੂਹਾਂ ਤੋਂ, ਆਲਮ ਆਪੇ ਬਦਲ ਜਾਣਗੇ ਜਦ ਕੋਈ ਟੱਪਿਆ ਜੂਹਾਂ ਤੋਂ। ਫੁੱਲ ਤੇ ਖੁਸ਼ਬੂ ਅੱਜ ਮਿਲ ਕੇ ਮਹਿਫਿਲ ਕਰਵਾ। ਸਾਜੀ, ਅੱਜ ਸ਼ਾਇਰੀ ਸ਼ੁਰੀ ਲਿਖੀ ਦੀ ਕਿੱਦਾਂ? ਸ਼ਾਇਰੀ ਸ਼ੁਰੀ, ਸ਼ਾਇਰੀ ਸਿੱਖਣ ਤੋਂ ਪਹਿਲਾਂ ਅੰਦਾਜ਼ ਹੋਣਾ ਚਾਹੀਦਾ ਹੈ। ਬੇ ਸੱਤੇ, ਗੱਲ ਸੁਣ ਪੁੱਤ ਮੇਰੀ। ਇਰਸ਼ਾਦ, ਨਾਨੀ ਢਿੱਲੀ ਹੈ ਤੇਰੀ। ਵਾਹ, ਮੈਨੂੰ ਲੱਗਦਾ ਉਹ ਤੈਨੂੰ ਪਿਆਰ ਕਰਦਾ। ਪਤਾ ਵੀ ਤਾਂ ਲੱਗੇ ਕਿ ਕਿੰਨਾ ਕੁ ਪਿਆਰ ਕਰਦਾ ਹੈ। ਇਹ ਤਾਂ ਮੇਰਾ ਝੂਠਾ ਸੀ। ਮੈਂ ਤਾਂ ਸੱਚਾ ਹੋ ਗਿਆ ਜੀ। ਫਿਰ ਮੈਂ ਤਾਂ ਮਖੌਲ ਕਰ ਰਹੀ ਸੀ ਤੇਰੇ ਨਾਲ। ਆਸ਼ਕਾਂ ਨੂੰ ਮਖੌਲ ਨਹੀਂ ਕਰੀਦਾ, ਉਹ ਤਾਂ ਪਹਿਲੇ ਪਾਗਲ ਹੁੰਦੇ ਆ। ਬੋਲ ਪਗਾਉਣ ਲਈ ਤਾਂ ਉਹ ਪਹਾੜਾਂ ਨਾਲ ਮੱਥਾ ਲਾ ਲੈਂਦੇ ਆ, ਦਰਿਆ ਟੱਪ ਜਾਂਦੇ ਆ, ਤੇ ਜਦੋਂ ਪਤਾ ਲੱਗੇ ਸਭ ਮਜ਼ਾਕ ਆ ਤਾਂ ਦਿਲ ਛੱਡ ਜਾਂਦੇ ਆ। ਮਿਹਰਬਾਨੀ ਕਰਕੇ ਹੁਣ ਤਾਂ ਦੱਸ ਦੇ, ਆ ਸ਼ਾਇਰ ਕਿੱਦਾਂ ਬਣੀਦਾ? ਤੂੰ ਕੀ ਲੈਣਾ ਹੈ ਸ਼ਾਇਰ ਬਣ ਕੇ? ਸ਼ਾਇਰ ਤਾਂ ਝੂਠੇ ਹੁੰਦੇ ਆ। ਸੀਰੋ, ਤੈਨੂੰ ਕਿਹਾ ਨਾ ਸੱਤੇ, ਮੇਰੇ ਪਿੱਛੇ ਨਾ ਆਪਣੇ ਰਾਜਾ। ਮੁੜ ਕੇ ਕਦੇ ਨਹੀਂ ਆਇਆ, ਆਪਣੇ ਘਰ ਵੀ ਨਹੀਂ ਗਿਆ। ਵਿਛੋੜਾ ਸ਼ਾਇਰਾਂ ਦੀ ਦੌਲਤ ਹੁੰਦੀ ਆ, ਹਰ ਕੋਈ ਸ਼ਾਇਰ ਨਹੀਂ ਬਣ ਸਕਦਾ। ਮੈਂ ਕੋਈ ਸ਼ਾਇਰ ਨਹੀਂ ਜੀ, ਇਹ ਬੋਲ ਮੇਰੇ ਅੰਦਰ ਚੱਲ ਰਹੇ ਤੂਫਾਨਾਂ ਦਾ ਨਤੀਜਾ ਹੈ। ਇਹਨਾਂ ਨੇ ਵੀ ਮੇਰੇ ਨਾਲ ਹੀ ਭਟਕਣਾ। ਚੰਗਾ ਹੋਵੇਗਾ ਜੇ ਉਹ ਅੱਖਰਾਂ ਨਾਲ ਸਾਂਝ ਪਾ ਲਵੇ ਤੇ ਸ਼ਾਇਰ ਬਣ ਜਾਵੇ। ਮੈਂ ਨਹੀਂ ਬਣਨਾ ਸ਼ਾਇਰ। ਹੁਣ ਤਾਂ ਸ਼ਾਇਰੀ ਦਾ ਸ਼ਿਲਾ ਜਲ ਗਿਆ, ਇਹਨੂੰ ਬਚਾਉਣਾ ਤੇਰੇ ਮੇਰੇ ਵੱਸ ਕਿੱਥੇ। ਕੁਦਰਤਨ ਆਪਾਂ ਮਿਲੇ ਤੇ ਵਿਛੜੇ, ਕੁਦਰਤਨ ਫਿਰ ਵੀ ਮਿਲਾਂਗੇ ਮਹਿਰਮਾ। ਜਿਸ ਜਗ੍ਹਾ ਤੇ ਖਵਾਹਿਸ਼ਾਂ ਖਿੜੀਆਂ, ਕਦੇ ਮੁੜ ਕਦੇ ਬੈਠਾਂਗੇ ਆਪਾਂ ਉਸ ਥਾਂ। ਕੁਝ ਐਸਾ ਸੁਣਾ ਕੇ ਰੂਹ ਕੁਰਬਾਨ ਹੋ ਜਾਏ। ਕੋਈ ਤੇਰੇ ਨਾਲ ਮੋਏ ਪੁਰਾਣਾ, ਤੂੰ ਮਨ ਯਾ ਨਾ ਮਨ ਹੀਰੀਏ।
ਯਾਰ ਬੜੀ ਮਿੱਠੀ ਆਵਾਜ਼ ਹੈ। ਔਰ ਇੱਕ ਚੀਜ਼ ਕਿ ਸਤਿੰਦਰ ਭਾਜੀ ਦੀ ਸ਼ਾਇਰੀ ਤੇ ਅੱਗੇ ਹੀ ਬੜੀ ਲੈਵਲ ਹੈ, ਉਹ ਤੋਂ ਫਿਲਮ ਹੀ ਉਵੇਂ ਦੀ ਆਉਣ ਲਈ ਹੈ, ਸ਼ਾਇਰਾਨਾ ਜੀ ਫਿਲਮ ਹੈ। ਤੁਸੀਂ ਵੇਖਿਆ ਤੁਸੀਂ ਸ਼ਾਇਰੀ ਨੂੰ ਮਜ਼ਾਕ ਸਮਝਿਆ, ਇਹਦੇ ਵਿੱਚ ਉਹਨਾਂ ਨੂੰ ਅਨਸ਼ਾਇਰ ਕੀਤਾ ਗਿਆ ਨਾ। ਹਾਂ ਮਤਲਬ ਸ਼ਾਇਰ ਨਹੀਂ, ਸ਼ਾਇਰ ਉਹ ਬੰਨਾ ਜਾਂਦਾ ਹੈ, ਬਣ ਜਾਂਦਾ ਹੈ ਜਦੋਂ ਉਹਨਾਂ ਨੂੰ ਪਿਆਰ ਨਹੀਂ ਨਾ ਉਹਨਾਂ ਦਾ ਲੱਭਦਾ, ਤੇ ਫਿਰ ਉਹ ਕਹਿੰਦਾ ਸ਼ਾਇਰ ਕਿਵੇਂ ਮਿਲਦਾ, ਉਹਨੇ ਕਿਹਾ ਛੱਡ ਸ਼ਾਇਰੀ ਦਾ ਮਜ਼ਾਕ ਉਡਾਉਂਦੇ ਸੀ ਨਾ, ਅੱਜ ਵੇਖੋ ਝੂਠ ਹੈ। ਲੇਕਿਨ ਇੱਕ ਡਾਇਲੋਗ ਸੀ ਕਿ ਸ਼ਾਇਰ ਜਿਹੜੇ ਨੇ ਝੂਠੇ ਹੁੰਦੇ ਨੇ, ਸੱਚੀ ਗੱਲ। ਹਾਂ ਵੀ ਨੀਰਵ ਬਾਜਵਾ ਨੇ ਕਿਹਾ ਤਾਂ ਹੈਗਾ, ਉਹਨੇ ਕਿਹਾ ਸ਼ਾਇਰ ਝੂਠੇ ਹੁੰਦੇ ਨੇ, ਕਿਉਂਕਿ ਨੀਰਵ ਬਾਜਵਾ ਸ਼ਾਇਰ ਦੇ, ਨੀਰਵ ਬਾਜਵਾ ਸ਼ਾਇਰ ਹੈ ਨਾ ਇਸ ਫਿਲਮ ਦੇ ਵਿੱਚ, ਨੀਰਵ ਬਾਜਵਾ ਸ਼ਾਇਰ ਹੈ ਅਤੇ ਸ਼ਾਇਰਾ, ਹਾਂ ਸ਼ਾਇਰਾ ਲੈ ਲਓ, ਠੀਕ ਹੈ। ਅਤੇ ਉਹ ਸਤਿੰਦਰ ਭਾਜੀ ਸ਼ਾਇਰ ਬਣਨਾ ਚਾਹੁੰਦੇ ਨੇ, ਬਣਨਾ ਕੀ ਚਾਹੁੰਦੇ ਨੇ, ਉਹਨਾਂ ਦੇ ਬੋਲ ਇਹੋ ਜਿਹੇ ਨੇ ਕਿ ਉਹ ਨੀਰੂ ਬਾਜਵਾ ਨੂੰ ਆਈ ਥਿੰਕ ਇੰਪ੍ਰੈਸ ਕਰਦੇ ਨੇ ਕਿ ਇਹ ਬੜਾ ਵੱਡੇ ਬੋਲ ਨੇ, ਲੇਕਿਨ ਉਹ ਕਹਿੰਦਾ ਮੈਂ ਸ਼ਾਇਰ ਨਹੀਂ ਗਾ, ਇਹ ਤਾਂ ਮੇਰੇ ਅੰਦਰ ਦੇ ਬੋਲ ਨੇ, ਮੇਰੀ ਆਵਾਜ਼ ਹੈ, ਮੇਰੀ ਦੁਖੀ ਆਤਮਾ। ਹਾਂ ਮਤਲਬ ਤੇ ਉਹ ਫਿਰ ਕਹਿੰਦਾ ਕਿ ਨੀਰੂ ਬਾਜਵਾ ਆਉਂਦੀ ਹੈ ਉਹਦੀ, ਤੇ ਕੌਣ ਡੱਕ ਸਕਦਾ ਹੁਣ ਤੈਨੂੰ, ਤੂੰ ਤੇ ਮਤਲਬ ਤੇਰੇ ਬੋਲ ਜਿਹੜੇ ਨੇ ਉਹ ਬੜੇ ਹਨਾ। ਇਸੇ ਗੱਲੋਂ ਕਿਹਾ ਜਾਂਦਾ ਨਾ ਕਿ ਸ਼ਾਇਰ ਨਹੀਂ ਬਣਿਆ ਜਾਂਦਾ, ਸ਼ਾਇਰ ਇਹ ਆਪਣੇ ਅਲਫਾਜ਼ ਹੀ ਸ਼ਾਇਰੀ ਹੁੰਦੀ ਹੈ, ਆਮਦ ਹੁੰਦੀ ਹੈ, ਠੀਕ ਹੈ ਸ਼ਾਇਰਾਂ ਨੂੰ। ਹੁਣ ਇਹ ਤੁਹਾਨੂੰ ਰੱਬ ਵੱਲੋਂ ਮਤਲਬ ਅਲਾਮਾ ਇਕਬਾਲ ਸੀਗਾ, ਠੀਕ ਹੈ, ਲੋਕਾਂ ਨੇ ਉਹਨਾਂ ਦੀ ਸ਼ਾਇਰੀ ਨੂੰ ਇਸ਼ਕ ਪਾਸੇ ਲੈ ਗਿਆ, ਪਰ ਉਹਨਾਂ ਦੀ ਜਿਹੜੀ ਸ਼ਾਇਰੀ ਸੀ ਨਾ ਉਹ ਸਮਝ ਲਓ ਕਿ ਰੱਬ ਨਾਲ ਸਿੱਧੀ ਸੀਗੀ, ਉਹਨਾਂ ਦੀ ਸ਼ਾਇਰੀ ਬੜੀ ਡੂੰਘੀਆਂ ਲੈਣਾ ਨੇ, ਉਹ ਕਹਿੰਦੇ ਨਾ ਡਬਲ ਮੀਨਿੰਗ। ਉਹ ਮੈਂ ਤੁਹਾਨੂੰ ਦੱਸਣਾ ਜਦੋਂ ਉਹਨਾਂ ਨੇ ਅਲਾਮਾ ਇਕਬਾਲ ਨੇ ਜਦੋਂ ਸ਼ਿਕਵਾ ਲਿਖਿਆ ਸੀ ਨਾ, ਲੋਕਾਂ ਨੇ ਇਹਨਾਂ ਨੂੰ ਕਾਫਰ ਕਹਿਣਾ ਸ਼ੁਰੂ ਕਰਤਾ ਸੀ, ਉਹਨਾਂ ਨੇ ਫਿਰ ਜਦੋਂ ਜਵਾਬੇ ਸ਼ਿਕਵਾ ਲਿਖਿਆ ਨਾ, ਫਿਰ ਲੋਕਾਂ ਨੇ ਸਮਝਿਆ ਕਿ ਜਿੱਥੇ ਆਮ ਇਨਸਾਨ ਦੀ ਸੋਚ ਖਤਮ ਹੁੰਦੀ ਹੈ ਨਾ, ਉੱਥੋਂ ਅਲਾਮਾ ਇਕਬਾਲ ਦੀ ਸੋਚ ਸ਼ੁਰੂ ਹੁੰਦੀ ਹੈ। ਮਤਲਬ ਬਹੁਤ ਵੱਡੇ ਸ਼ਾਇਰ ਮਸ਼ਰਕ ਐਵੇਂ ਨਹੀਂ ਉਹਨਾਂ ਨੂੰ ਕਿਹਾ ਜਾਂਦਾ, ਐਵੇਂ ਨਹੀਂ ਉਹਨਾਂ ਨੂੰ ਕਿਹਾ ਗਿਆ, ਠੀਕ ਹੈ। ਅੱਜ ਕੱਲ੍ਹ ਦੇ ਜਿਹੜੇ ਸ਼ਾਇਰ ਨੇ ਨਾ, ਅਸੀਂ ਸ਼ਾਇਰੀ ਇਹ ਵੇ ਕਿ ਜੀ ਅਸੀਂ ਆਪਣੇ ਮਹਿਬੂਬ ਤੇ ਲਿਖਤੀ, ਜਿਵੇਂ ਸਾਡੇ ਮਹਿਬੂਬ ਇਸ ਤਰ੍ਹਾਂ ਦਾ, ਅੱਜ ਕੱਲ ਦੀ ਸ਼ਾਇਰੀ ਰਹੀ ਹੈ ਕਈ ਹੈ, ਠੀਕ ਹੈ, ਉਹ ਤੇ ਹੈਗੀ ਹੈ, ਚਲੋ ਛੱਡੋ ਪਰਾਂ, ਠੀਕ ਹੈ। ਲੇਕਿਨ ਉਹ ਸ਼ਾਇਰੀ ਜਿਹੜੀ ਸੀ ਨਾ, ਉਹ ਸ਼ਾਇਰੀ ਸੀ, ਉਹ ਰੂਹਾਂ ਦੀ, ਲੇਕਿਨ ਰੂਹਾਂ ਦੀ ਉਹਦੀ, ਉਹਦਾ ਸੀਗਾ ਜ਼ਮੀਨ ਤੋਂ ਆਸਮਾਨ ਦਾ ਕਨੈਕਸ਼ਨ ਸੀਗਾ, ਹੈ ਇਸ ਤਰ੍ਹਾਂ ਜਾਂਦਾ। ਸ਼ਾਇਰੀ ਨੂੰ ਸਮਝਣਾ ਜਿਹੜਾ ਉਹ ਵੀ ਬਹੁਤ ਵੱਡੀ ਗੱਲ ਹੈ, ਹਰ ਬੰਦੇ ਦੀ ਸਮਝ ਸ਼ਾਇਰੀ ਜਿਹੜੀ ਨਹੀਂ ਹੁੰਦੀ। ਕਹਿੰਦਾ ਸੀ ਇਹ ਰੂਹਾਂ ਦੀ ਮੁਹੱਬਤ ਹੈ, ਤੂੰ ਨਹੀਂ ਸਮਝਦਾ। ਤੇ ਚਲੋ ਬਾਕੀ ਟ੍ਰੇਲਰ ਬਹੁਤ ਵਧੀਆ ਲੱਗ ਰਿਹਾ, ਫਿਲਮ ਆਉਂਦੀ ਹੈ ਤੇ ਫਿਰ ਆਪਾਂ ਚੈੱਕ ਆਊਟ ਕਰਾਂਗੇ, ਵੇਖਾਂਗੇ ਕਿ ਕਿੱਦਾਂ, ਲੇਕਿਨ ਚੰਗੀ ਫਿਲਮ ਲੱਗਣ ਡਈ ਹੈ ਵੀ ਫਿਲਮ ਹਿੱਟ ਜਾਏਗੀ। ਅੱਛਾ ਇਹ ਸੈਕੰਡ ਫਿਲਮ ਹੈ ਇਹਨਾਂ ਦੀ, ਫਰਸਟ ਕਲੀਜੋਟਾ, ਕਲੀਜੋਟਾ ਦੇ ਵਿੱਚ ਜ਼ਿਕਰ ਵੀ ਆਇਆ, ਔਰ ਉਹੀ ਮੇਕਰਸ ਨੇ, ਕਲੀਜੋਟੇ ਵਾਲੇ ਮੇਕਰਸ ਨੇ ਨਾ, ਉਹਨਾਂ ਉਹੀ ਬਣਾ ਰਹੇ ਨੇ। ਹਾਂ ਪਰ ਇਹ ਵੇਖੇ ਕਲੀਜੋਟਾ ਵੀ ਮਾੜੀ ਗਈ ਸੀ ਫਿਲਮ, ਗਈ ਬੜੀ ਸੋਹਣੀ ਬੜੀ ਅੱਛੀ ਫਿਲਮ ਸੀ, ਗਾਣੇ ਉਹਦੇ ਬਹੁਤ ਵਧੀਆ, ਸਟੋਰੀ ਵਧੀਆ ਸੀ, ਠੀਕ ਹੈ। ਨਾਲੇ ਯਾਰ ਗੱਲ ਮੈਂ ਇਹ ਕਹਿੰਦਾ ਕਿ ਜਿਹਦੇ ਨਾਲ ਲਾ ਲਓ ਨਾ ਉਹਦੇ ਨਾਲ ਨਿਭਾ ਲਓ, ਮੇਰਾ ਇੱਕ ਸੂਫੀਆਨਾ ਆਪਣਾ ਅੰਦਾਜ਼ ਸੀਗਾ ਗੱਲ ਕਰਨ ਦਾ, ਉਹ ਮੇਰਾ ਸਤਿੰਦਰ ਭਾਜੀ ਸਮਝ ਗਏ, ਕੌਣ ਸਮਝ ਗਏ ਨੇ, ਸਤਿੰਦਰ ਭਾਜੀ ਸਮਝ ਗਏ, ਆਪਣੀ ਬੁੱਢੀ ਬਿਮਾਰ ਹੋਈ ਪਈ ਹੈ, ਕੱਟਾ ਕਿਸੇ ਨੇ ਸਮਝਣਾ, ਉਹ ਮੈਨੂੰ ਕਹਿੰਦੀ ਸ਼ਾਇਰੀ ਨਾ ਲਿਖ, ਤੇ ਮੈਨੂੰ ਮਿਹਰਬਾਨੀ ਮੈਨੂੰ ਦਵਾਈ ਲਿਆ ਦੇ, ਦਵਾਈ ਲਿਖ ਦੇ, ਦਵਾਈ ਲਿਖ ਕੇ ਦੇਣੀ ਹੈ ਤੇ ਉਹ ਮੈਨੂੰ ਲਿਆ ਦੇ, ਦਵਾਈ ਲਿਖ ਦੇ, ਮੇਰਾ ਜਿਹੜਾ ਨਾ ਕੋਈ ਠੀਕ ਹੋ ਜਾਵਾ, ਤੇਰੀ ਸ਼ਾਇਰੀ ਨਾ ਵੈਰੀ ਠੀਕ ਹੋਣਾ ਹੈ। ਹਾਏ 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 ਬਾਜੀ ਮੀਆਂ ਨਹੀਂ, ਅਗੇ ਆਪੋ ਤੇਰੀ ਨੇ ਆ ਕੇ ਦੱਸਿਆ ਕੀ ਸੀ
ਕੀ ਹੋਇਆ ਭਰਜਾਈ ਨੂੰ? ਮੈਂ ਵੀਡੀਓ ਬਣਾਉਣਾ, ਉਹਦੀ ਤਬੀਅਤ ਨਹੀਂ ਠੀਕ, ਉਹ ਘਰ ਹੀ ਹੈ ਠੀਕ ਹੈ। ਉਹ ਆਪਣਾ ਮੈਨੂੰ ਕਹਿੰਦੀ ਉਹ ਫਲਾਣ, ਮੈਨੂੰ ਪਤਾ ਚੱਲਿਆ ਉਹ ਇਕਰਾ ਦੇ ਬੁੱਲ ਥੱਲੇ ਡਿੱਗ ਪਏ ਨੇ, ਉੱਤੇ ਡਿੱਗ। ਮੈਂ ਕਿਹਾ ਬੁੱਲ ਨਹੀਂ ਹੁੰਦੇ, ਸ਼ਟਰ ਨੇ ਥੱਲੇ ਡਿੱਗ ਪਏ ਨੇ। ਮੈਂ ਕਿਹਾ ਮੈਂ ਤਾਂ ਘਰ ਆਇਆ, ਮੈਂ ਕਿਹਾ ਇਹ ਕਿੱਥੇ ਪੱਕੇ ਪਏ ਨੇ ਠੀਕ ਹੈ। ਗਰਮੀ ਹੋਈ ਫਿਰ ਉਹਦੇ ਰੱਖ ਲੱਗ ਕੇ ਕਦੀ ਬੁੱਲ ਥੱਲੇ ਡਿੱਗ ਪਏ ਨੇ, ਬੁੱਲ ਥੱਲੇ ਡਿੱਗ ਗਏ, ਬਨੇਰੇ ਦੇ ਸ਼ਟਰ ਲਵਾਇਆ ਸੀ ਜਦ ਥੱਲੇ ਡਿੱਗ ਗਿਆ। ਚਲੋ ਆਪਾਂ ਆਉਂਦੇ ਹਾਂ ਵਾਪਸ ਜੀ ਨੈਕਸਟ ਵੀਡੀਓ ਦੇ ਵਿੱਚ। ਕਿੱਦਾਂ ਲੱਗਾ ਟ੍ਰੇਲਰ ਕਮੈਂਟ ਕਰਕੇ ਦੱਸੋ।